अंधविश्वास को तुम इस तरह से गले मत लगाओ, बच्चों को ईश्वर का उपहार बनाकर जनसंख्या मत बढ़ाओ। जी हाँ, मैं थोड़ी दोस्त रंजीत कौर संधु सोनी हाजर हाँ जी रंजीत रेडियो थोड़ा सारे का बहुत बहुत स्वागत। जिवें कि रोज़ दियाँ सरगर्मियाँ ते असी हमेशा डिस्कस करते रहने हैं, तो एक बहुत ही अहम मुद्दा मेरी नज़र दे विच है। उस मुद्दे ते गलबात करन तो पहला असी 75वां स्वतंत्रता संग्राम महाकुंभ मना रहे हैं, तो असी वक्त जड़े है आजादी के लिए जिन्होंने कुर्बानियां दित्तियां उन्होंने याद करते हैं। तो बंगाल वाल माड़ा जिहा रुख कर लैंदे जी, 16 जुलाई नूं उत्थे जिहड़ा एक सुधारक होए ने बहुत वधिया विष्णु शास्त्री पंडित, जिन्हां ने विधवा पुनर्विवाह दी जिहड़ा संघ दी स्थापना कीती सी 1856 दे विच, और उत्थे दे 1852 दे विच करसोदास मुल्ला जी ने एक अखबार शुरू किया सी सत्या प्रकाश, जिहदे विच विधवा पुनर्विवाह नूं प्रोत्साहित किया गया सी। ते जे अंग्रेजा की गल करिए ते विलियम बेंटिक ने इत्थे समाज सुधार जिहड़ा बहुत वधिया किया सी, और लार्ड जिहड़ा गवर्नर जनरल हॉजी है ਉਹਦਾ ਵੀ ਜਿਹੜੇ ਪ੍ਰਯਾਸ ਹੈ ਉਹਨਾਂ ਨੂੰ ਵੀ ਅਸੀਂ ਅੱਖਿਓ ਓਹਲੇ ਨਹੀਂ ਕਰ ਸਕਦੇ, ਉਹਨਾਂ ਦੇ ਯਤਨਾਂ ਨੂੰ ਨਹੀਂ ਅੱਖਿਓ ਓਹਲੇ ਕਰ ਸਕਦੇ। ਔਰ ਤੁਹਾਨੂੰ ਇਹ ਪਤਾ ਕਿ ਜਿਹੜਾ ਵੀ ਵਿਧਵਾ ਪੁਨਰਵਿਆਹ ਕਰਦਾ ਉਹਨੂੰ ਕਾਨੂੰਨੀ ਸੁਰੱਖਿਆ ਵੀ ਪ੍ਰਾਪਤ ਹੁੰਦੀ ਹੈ, ਔਰ ਵੈਦਿਕ ਸਾਹਿਤ ਦੇ ਵਿੱਚ ਵੀ ਬਹੁਤ ਕੁਛ ਸ਼ਾਮਿਲ ਹੈ। ਔਰ 7 ਦਸੰਬਰ 1856 ਨੂੰ ਉੱਤਰੀ ਕਲਕੱਤਾ ਵਿੱਚ ਜੀ ਪਹਿਲਾ ਵਿਧਵਾ ਪੁਨਰਵਿਆਹ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਸਮਾਜ ਹੈ, ਜਦੋਂ ਅਸੀਂ ਸਸਟੇਨੇਬਲ ਸੁਸਾਇਟੀ ਦੀ ਗੱਲ ਕਰਦੇ ਹਾਂ, ਨੌਲੇਜੇਬਲ ਸੁਸਾਇਟੀ ਦੀ ਗੱਲ ਕਰਦੇ ਹਾਂ, ਉਹ ਸਟੈਪ ਟੂ ਸਟੈਪ ਅੱਗੇ ਵੱਧਦਾ। ਪਰ ਦੇਖੋ ਜੀ, ਜਦੋਂ ਪਰਿਵਾਰ ਦੇ ਵਿੱਚ ਜੀ ਜ਼ਿਆਦਾ ਹੋਣ ਔਰ ਸਾਧਨ ਦੇ ਜਿਹੜੇ ਆਮਦਨ ਦੇ ਸਾਧਨ ਆ ਉਹ ਬਹੁਤ ਘੱਟ ਹੋਣ, ਤੇ ਉਸ ਵੇਲੇ ਜਿਹੜੀ ਹੈ ਪਰਿਵਾਰ ਦੇ ਵਿੱਚ ਅਰਾਜਕਤਾ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਕੰਟਰੀ ਦੇ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੋਵੇ ਤੇ ਸਾਧਨ ਸਾਡੇ ਕੋਲੋਂ ਘੱਟ ਹੋਣ ਤੇ ਅਰਾਜਕਤਾ, ਬੇਰੁਜ਼ਗਾਰੀ, ਹਿੰਸਕ ਪ੍ਰਦਰਸ਼ਨ ਇਹ ਸਭ ਕੁਛ ਹੁੰਦਾ। ਜਿਹੜੀ ਜਨਸੰਖਿਆ ਤੇ ਪੋਲਿਸੀ ਬਣਨੀ ਚਾਹੀਦੀ ਹੈ ਇਹਦੇ ਬਾਰੇ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ, ਕਿਹੋ ਜਿਹੀ ਪੋਲਿਸੀ ਹੋਣੀ ਚਾਹੀਦੀ ਹੈ, ਕੀ ਇਹਦਾ ਇਤਿਹਾਸ ਹੈ, ਇਹਦੀ ਸਾਰੀ ਜਾਣਕਾਰੀ ਅੱਜ ਅਸੀਂ ਲਵਾਂਗੇ ਰਾਜੀਵ ਕੁਮਾਰ ਸ਼ਰਮਾ ਜੀ ਦੇ ਕੋਲ, ਜੋ ਕਿ ਪ੍ਰੋਫੈਸਰ ਨੇ ਪੋਲੀਟੀਕਲ ਡਿਪਾਰਟਮੈਂਟ 'ਚ GGDSD ਕਾਲਜ ਹਰਿਆਣਾ। ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਮੈਡਮ, ਥੈਂਕ ਯੂ ਜੀ। ਅੱਛਾ ਸਰ, ਮੈਂ ਜਿਵੇਂ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੱਤਾ ਕਿ ਜਦੋਂ ਪਰਿਵਾਰ ਦੇ ਜੀ ਜ਼ਿਆਦਾ ਹੋਣ ਔਰ ਆਮਦਨ ਦੇ ਸਾਧਨ ਘੱਟ ਹੋਣ, ਅਰਾਜਕਤਾ ਫੈਲਦੀ ਹੈ, ਹਿੰਸਾ ਫੈਲਦੀ ਹੈ, ਬੇਰੁਜ਼ਗਾਰੀ ਫੈਲਦੀ ਹੈ। ਪਹਿਲਾਂ ਥੋੜਾ ਜਿਹਾ ਆਪਾਂ ਝਾਤ ਪਾ ਲਈਏ, ਕਿਉਂਕਿ ਆਪਾਂ ਨੂੰ ਆਜ਼ਾਦ ਹੋਇਆ ਕੋਈ ਬਹੁਤੇ ਹਜੇ ਸਾਲ ਨਹੀਂ ਹੋਏ, 75 ਸਾਲ ਹੀ ਹੋਏ ਨੇ, ਮਤਲਬ ਡੈਮੋਕ੍ਰੇਸੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ, ਹਜੇ ਸ਼ੁਰੂਆਤ ਹੀ ਹੈ। ਕੀ ਹਾਲਾਤ ਸੀ ਜਦੋਂ ਸਾਨੂੰ ਆਜ਼ਾਦੀ ਮਿਲੀ, ਉਸ ਵੇਲੇ ਜਨਸੰਖਿਆ ਦੇ ਕੀ ਹਾਲਾਤ ਸੀ? ਮੈਡਮ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਜੀ, ਉਦੋਂ ਪਾਪੂਲੇਸ਼ਨ ਬਹੁਤ ਜ਼ਿਆਦਾ ਤਾਂ ਨਹੀਂ ਸੀ, ਲੇਕਿਨ ਜੇ ਤੁਸੀਂ ਧਿਆਨ ਨਾਲ ਦੇਖੋ ਪਿਛਲੇ ਲਗਭਗ 3 ਦਹਾਕਿਆਂ ਤੋਂ, ਪਿਛਲੇ ਲਾਸਟ 3 ਡੈਕੇਡਸ ਤੋਂ ਜਿਹੜਾ ਪਾਪੂਲੇਸ਼ਨ ਜਿਹੜੀ ਕਾਫੀ ਜ਼ਿਆਦਾ ਵੱਧ ਰਹੀ ਹੈ ਇੰਡੀਆ ਦੇ ਵਿੱਚ, ਔਰ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਮੈਡਮ ਪਾਪੂਲੇਸ਼ਨ ਵਧੇਗੀ, ਤੇ ਇੱਕ ਗੱਲ ਬਹੁਤ ਕਲੀਅਰ ਹੈਗੀ ਆ ਕਿ ਉਸ ਕੰਟਰੀ ਦੇ ਵਿੱਚ ਜਿਹੜੇ ਸਾਧਨ ਹੈਗੇ ਆ, ਨੈਚੁਰਲ ਰਿਸੋਰਸਿਸ ਹੈਗੇ ਆ, ਉਹਨਾਂ ਦੀ ਘਾਟ ਆਉਣੀ ਸ਼ੁਰੂ ਹੋ ਜਾਏਗੀ। ਔਰ ਜਦੋਂ ਵੀ ਪਾਪੂਲੇਸ਼ਨ ਬਹੁਤ ਜ਼ਿਆਦਾ ਵਧੇਗੀ ਉਹਦੇ ਕੀ ਨੁਕਸਾਨ ਹੁੰਦਾ ਹੈਗਾ, ਉਹਦੇ ਨਾਲ ਜਿਹੜੀ ਗਵਰਨਮੈਂਟ ਹੈਗੀ ਆ ਉਹਨੂੰ ਇੰਪਲਾਇਮੈਂਟ ਅਪੋਰਚੁਨਿਟੀਜ਼ ਕ੍ਰੀਏਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀਆਂ। ਔਰ ਜਦੋਂ ਵੀ ਪਾਪੂਲੇਸ਼ਨ ਜ਼ਿਆਦਾ ਵਧੇਗੀ, ਜਦੋਂ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ, ਜੇ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਗਲਤ ਰਸਤਿਆਂ ਤੇ ਵੀ ਜਾ ਸਕਦੀ ਆ, ਜਿੱਦਾਂ ਕਿ ਤੁਸੀਂ ਪਹਿਲਾਂ ਹੀ ਦੱਸਿਆ ਕਿ ਹਿੰਸਕ ਪ੍ਰਦਰਸ਼ਨ ਵੀ ਹੋ ਸਕਦੇ ਹੈਗੇ ਆ, ਪ੍ਰੋਟੈਸਟ ਵਗੈਰਾ ਜਿਹੜੇ ਹੁੰਦੇ ਹੈਗੇ ਆ, ਜਾਂ ਫਿਰ ਉਹ ਗਲਤ ਰਸਤੇ ਤੇ ਵੀ ਜਿਹੜੇ ਹੈਗੇ ਆ ਯੂਥ ਜਾ ਸਕਦਾ ਹੈਗਾ। ਔਰ ਇਹਦੇ ਲਈ ਇਹ ਗੱਲ ਬਹੁਤ ਹੀ ਕਲੀਅਰ ਆ ਕਿ ਪਾਪੂਲੇਸ਼ਨ ਜਿਹੜੀ ਹੈਗੀ ਆ, ਪਾਪੂਲੇਸ਼ਨ ਕੰਟਰੋਲ ਕਰਨ ਦੇ ਲਈ ਗੌਰਮੈਂਟ ਨੂੰ ਕੁਛ ਜਿਹੜੇ ਸਟੈਪਸ ਲੈਣੇ ਚਾਹੀਦੇ ਆ। ਜੇ ਗੌਰਮੈਂਟ ਪਾਪੂਲੇਸ਼ਨ ਕੰਟਰੋਲ ਕਰ ਸਕਦੀ ਆ, ਤੇ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਟੋਮੈਟਿਕਲੀ ਹੱਲ ਮੈਡਮ ਹੋ ਸਕਦਾ। ਪਰਿਵਾਰ ਨਿਯੋਜਨ ਬੜੀ ਦੇਰ ਤੋਂ ਚੱਲ ਰਿਹਾ, ਔਰ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜ਼ਿਆਦਾ ਘਰਾਂ ਦੇ ਵਿੱਚ 2 ਹੀ ਬੱਚੇ ਨੇ, ਇੱਕ ਲੜਕਾ ਇੱਕ ਲੜਕੀ। ਤੇ ਕਿਹੜੀਆਂ ਸਟੇਟਸ ਨੇ ਜਿੱਥੇ ਪਾਪੂਲੇਸ਼ਨ ਦਾ ਵਧਾਵਾ ਬਹੁਤ ਜ਼ਿਆਦਾ ਹੈ? ਕਿਉਂਕਿ ਕੁਛ ਸਾਡੇ ਜਿਹੜੀਆਂ ਰੀਤੀ ਰਿਵਾਜ ਆ ਜਾਂ ਕੁਝ ਸਮਾਜਿਕ ਗੱਲਾਂ ਬਾਤਾਂ ਹੈਗੀਆਂ, ਉਹ ਥੋੜਾ ਥੋੜਾ ਹਰ ਸਮਾਜ ਦਾ ਅਲੱਗ ਅਲੱਗ ਵਰਤਾਰਾ ਹੈ। ਤੇ ਕਿਹੜਾ ਸਮਾਜ ਹੈ, ਕਿਹੜੀ ਸਟੇਟ ਹੈ ਜਿੱਥੇ ਅੱਜ ਵੀ ਜਿਹੜੀ ਅਵੇਅਰਨੈਸ ਨੀ ਕੁੜੀਆਂ ਦੇ ਚੱਕਰ ਚ, ਮੁੰਡਿਆਂ ਦੇ ਚੱਕਰ ਚ ਕੁੜੀਆਂ ਬਹੁਤ ਜ਼ਿਆਦਾ ਪੈਦਾ ਹੋ ਰਹੀਆਂ, ਤੇ ਮੁੰਡਾ ਚਾਹੀਦਾ ਜੀ ਤੇ ਪਾਪੂਲੇਸ਼ਨ ਵਧਾਈ ਜਾਂਦੀ, ਜਾਂ ਕੁਝ ਹੋਰ ਕਾਰਨਾਂ ਕਰਕੇ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਜ਼ਿਆਦਾ ਵੱਧ ਜਾਵੇ,
ਤੇ ਸਾਡਾ ਜਿਹੜਾ ਬੋਲਬਾਲਾ ਹੋ ਜਾਏ ਇਸ ਕਰਕੇ ਪਾਪੂਲੇਸ਼ਨ ਵਧਾਈ ਜਾਂਦੀ ਹੈ। ਸਾਨੂੰ ਥੋੜਾ ਜਿਹਾ ਆਂਕੜਿਆਂ ਦੀ ਜਾਣਕਾਰੀ ਦਿਓ। ਹਾਂਜੀ ਮੈਡਮ, ਜਦੋਂ ਅਸੀਂ ਪਾਪੂਲੇਸ਼ਨ ਦੀ ਸਟੱਡੀ ਕਰੀਏ ਅਸੀਂ ਦੇਖਦੇ ਹਾਂ ਕਿ ਉਹਨਾਂ ਸਟੇਟਸ ਦੇ ਵਿੱਚ ਜਿਹੜੀ ਹੈਗੀ ਆ ਸੈਕਸ ਰੇਸ਼ੋ ਬਹੁਤ ਜ਼ਿਆਦਾ ਹੈਗੀ ਆ ਜਾਂ ਬਰਥ ਰੇਟ ਬਹੁਤ ਜ਼ਿਆਦਾ ਹੈਗਾ ਜਿੱਥੇ ਕਿ ਲਿਟਰੇਸੀ ਰੇਟ ਜਿਹੜੀ ਹੈਗੀ ਆ ਬਹੁਤ ਘੱਟ ਆ ਔਰ ਇਲੀਟਰੇਸੀ ਜ਼ਿਆਦਾ ਪਾਈ ਜਾਂਦੀ ਆ। ਹਜੇ ਵੀ ਮੈਡਮ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਇਲੀਟਰੇਸੀ ਕਾਫੀ ਜ਼ਿਆਦਾ ਹੈਗੀ ਆ ਉੱਥੇ ਬਰਥ ਰੇਟ ਵੀ ਜ਼ਿਆਦਾ। ਮੈਡਮ ਜੇ ਅਸੀਂ ਦੇਖੀਏ ਬਿਹਾਰ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਆ, ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਹੈਗੀ, ਯੂਪੀ ਦੇ ਵਿੱਚ ਹੈਗੀ ਆ, ਉੱਥੇ ਜ਼ਿਆਦਾ ਬਰਥ ਰੇਟ ਹੋਣ ਦਾ ਕਾਰਨ ਕੀ ਹੈ ਕਿ ਉਹ ਇਹ ਨਹੀਂ ਸਮਝਦੇ ਹੈਗੇ ਆ ਕਿ ਪਾਪੂਲੇਸ਼ਨ ਜਿਹੜੀ ਹੈਗੀ ਆ ਕਿ ਇਹ ਹਿਊਮਨ ਇਹਦੇ ਵਿੱਚ ਐਲੀਮੈਂਟ ਹੈਗਾ ਔਰ ਜਿਹੜਾ ਇਹ ਕੰਟਰੋਲੇਬਲ ਹੈਗੀ ਆ। ਜਿਸ ਦੇਸ਼ ਦੇ ਵਿੱਚ ਮੈਡਮ ਜਦੋਂ ਰਿਲੀਜੀਅਸ ਸੈਂਟੀਮੈਂਟ ਜ਼ਿਆਦਾ ਡੋਮੀਨੇਟ ਕਰਨਗੇ ਉਹਨਾਂ ਦੇਸ਼ਾਂ ਦੇ ਵਿੱਚ ਜੇ ਸਾਇੰਟੀਫਿਕ ਟੈਂਪਰਾਮੈਂਟ ਦੀ ਕਮੀ ਹੋਏਗੀ ਜਾਂ ਸਾਇੰਟੀਫਿਕ ਥਿੰਕਿੰਗ ਦੀ ਕਮੀ ਹੋਏਗੀ ਉਹਨਾਂ ਦੇਸ਼ਾਂ ਦੇ ਵਿੱਚ ਮੈਡਮ ਡੈਫੀਨੇਟਲੀ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ। ਔਰ ਸਾਡੇ ਦੇਸ਼ ਦੇ ਵਿੱਚ ਇਹੀ ਕਾਰਨ ਆ ਕਿ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਜਿਹੜਾ ਹੈਗਾ, ਈਵਨ ਮੱਧ ਪ੍ਰਦੇਸ਼ ਦੇ ਵਿੱਚ ਇੱਥੇ ਬਰਥ ਰੇਟ ਮੈਡਮ ਨੈਸ਼ਨਲ ਜਿਹੜਾ ਹੈਗਾ ਉਹਦੇ ਨਾਲੋਂ ਜਿਹੜਾ ਜ਼ਿਆਦਾ ਹੈਗਾ। ਹਰਿਆਣਾ, ਪੰਜਾਬ, ਰਾਜਸਥਾਨ ਦੀ ਕੀ ਸਥਿਤੀ ਹੈ? ਪੰਜਾਬ, ਹਰਿਆਣਾ, ਰਾਜਸਥਾਨ ਜਿਹੜੇ ਇਧਰਲੀਆਂ ਸਟੇਟਸ ਹੈਗੀਆਂ ਇੱਥੇ ਜ਼ਿਆਦਾ ਕੰਡੀਸ਼ਨ ਜਿਹੜੀ ਜ਼ਿਆਦਾ ਖਰਾਬ ਨਹੀਂ ਆ। ਉਹਦਾ ਕਾਰਨ ਇਹ ਹੈਗਾ ਕਿ ਮੈਡਮ ਨਾਰਦਰਨ ਇੰਡੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਦੋ ਬੱਚੇ ਹੀ ਫੈਮਿਲੀਜ਼ ਦੇ ਵਿੱਚ ਹੈਗੇ ਆ ਔਰ ਪੰਜਾਬ ਦੇ ਵਿੱਚ ਵੀ ਦੇਖਣ ਚ ਆਉਂਦਾ ਹੈਗਾ ਜੇ ਦੋ ਜਾਂ ਤਿੰਨ ਤੋਂ ਜ਼ਿਆਦਾ ਬੱਚੇ ਹੈਗੇ ਆ, ਬਹੁਤ ਘੱਟ ਫੈਮਿਲੀਜ਼ ਹੈਗੀਆਂ, ਤੇ ਉਹ ਇਹ ਦੇਖਣ ਵਿੱਚ ਆਉਂਦਾ ਕਿ ਜਿਹੜੇ ਲੇਬਰ ਕਲਾਸ ਹੈਗੀ ਆ ਬਿਹਾਰ ਤੋਂ ਆ ਕੇ ਜਾਂ ਯੂਪੀ ਦੇ ਵਿੱਚ ਆ ਕੇ ਰਹਿ ਕੇ ਪੰਜਾਬ ਦੇ ਵਿੱਚ ਸੈਟਲ ਹੋ ਗਏ ਆ ਉਹਨਾਂ ਦੇ ਹੀ ਜ਼ਿਆਦਾ ਦੇ ਵਿੱਚ ਆਉਂਦਾ ਕਿ ਉਹਨਾਂ ਦੇ ਜਿਹੜੇ ਹੈਗੇ ਆ ਬੱਚੇ ਤਿੰਨ ਤਿੰਨ ਚਾਰ ਚਾਰ ਹੈਗੇ ਆ। ਲੇਕਿਨ ਜਿਹੜੇ ਪੰਜਾਬ ਦੇ ਬੇਸਿਕ ਨੇਟਿਵਸ ਹੈਗੇ ਆ ਜਾਂ ਹਰਿਆਣੇ ਦੇ ਹੈਗੇ ਇਹਨਾਂ ਤੇ ਆਮ ਤੌਰ ਤੇ ਦੋ ਬੱਚੇ ਹੀ ਹੈਗੇ ਆ ਤੇ ਜਿਹੜੀ ਪ੍ਰੋਬਲਮ ਦੀ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਮੈਡਮ ਯੂਪੀ ਬਿਹਾਰ ਵਾਲੇ ਉੱਥੇ ਤਾਂ ਪ੍ਰੋਬਲਮ ਹੈ ਜਿਹੜੇ ਦੂਜੀ ਸਟੇਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਈਗ੍ਰੇਟ ਹੋ ਕੇ ਲੋਕੀ ਜਾਂਦੇ ਹੈਗੇ ਆ ਤੇ ਉਹ ਦੂਜੀ ਸਟੇਟ ਦੇ ਵਿੱਚ ਵੀ ਆ ਜਿਹੜਾ ਉਹਦਾ ਅਸਰ ਜਿਹੜਾ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਇਹਨਾਂ ਨਾਰਦਰਨ ਇੰਡੀਅਨ ਸਟੇਟਸ ਜਿਹੜੀਆਂ ਹੈਗੀਆਂ ਦੇਖਣ ਨੂੰ ਮਿਲਦਾ ਹੈਗਾ। ਅੱਛਾ ਸਰ, ਇੱਕ ਚੀਜ਼ ਹੋਰ ਸਵਾਲ, ਜਿਹੜਾ ਪੰਜਾਬ ਉਹ ਬਹੁਤ ਜ਼ਿਆਦਾ ਪ੍ਰਵਾਸ ਕਰਦਾ, ਬਹੁਤ ਸਾਰੇ ਪੰਜਾਬੀ ਕਾਫੀ ਲੰਬੀ ਪਰਸੈਂਟ ਦੇ ਏਜ ਦੇ ਵਿੱਚ ਉਹ ਬਾਹਰ ਗਏ ਹੋਏ ਨੇ, ਤਾਂ ਇਹ ਵੀ ਤਾਂ ਉੱਥੇ ਪਾਪੂਲੇਸ਼ਨ ਘੱਟ ਹੋਣ ਦੇ ਕਾਰਨ ਹੋ ਸਕਦਾ? ਹਾਂਜੀ ਮੈਡਮ, ਬਿਲਕੁਲ ਠੀਕ ਹੈ ਮੈਡਮ। ਪਿਛਲੇ ਲਗਭਗ ਮਤਲਬ 21st century ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਉਸ ਤੋਂ ਬਾਅਦ ਜਿਹੜਾ ਟ੍ਰੈਂਡ ਦੇਖਣ ਲਈ ਆ ਰਿਹਾ ਹੈਗਾ ਕਿ ਜਿਹੜੇ ਪੰਜਾਬ ਦੇ ਲੋਕੀ ਬਾਹਰ ਜ਼ਿਆਦਾ ਗਏ ਆ, ਕੈਨੇਡਾ ਵਗੈਰਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਗਏ ਹੈਗੇ ਆ ਔਰ ਜ਼ਿਆਦਾ ਕਰਕੇ ਇਹ ਸਟੱਡੀ ਦੇ ਬੇਸ 'ਤੇ ਜਾ ਰਹੇ ਆ। ਐਕਚੁਲੀ ਇੱਕ ਰੀਜ਼ਨ ਤਾਂ ਇਹ ਹੈਗਾ ਸਟੱਡੀ, ਲੇਕਿਨ ਉਸ ਤੋਂ ਵੀ ਇੰਪੋਰਟੈਂਟ ਰੀਜ਼ਨ ਮੈਡਮ ਇਹਨਾਂ ਦੇ ਬਾਹਰ ਜਾਣ ਦਾ ਇਹ ਹੈਗਾ ਕਿ ਉੱਥੇ ਸੈਟਲ ਹੋਣਾ ਚਾਹੁੰਦੇ ਆ, ਜਿਸ ਕਰਕੇ ਕੈਨੇਡਾ ਵਗੈਰਾ ਜਾਂਦੇ ਆ ਔਰ ਉਸ ਤੋਂ ਬਾਅਦ ਮੈਰਿਜ ਜਦੋਂ ਹੋ ਜਾਂਦੀ ਜਾਂ ਕੋਈ ਹੋਰ ਕੋਈ ਆਪਸ਼ਨ ਲੱਭ ਕੇ ਉੱਥੇ ਪਰਮਾਨੈਂਟਲੀ ਸੈਟਲ ਹੋ ਜਾਂਦੇ ਆ। ਉਹਦਾ ਰੀਜ਼ਨ ਮੈਡਮ ਇਹ ਹੈਗਾ ਜਿਹੜੀ ਸਾਡੀ ਪੰਜਾਬ ਦੇ ਜਿਹੜੇ ਬੇਸਿਕ ਨੇਟਿਵਸ ਹੈਗੇ ਆ ਕੈਨੇਡਾ ਵਗੈਰਾ ਜਾਂਦੇ ਆ ਔਰ ਉੱਥੇ ਜਾ ਕੇ ਉਹ ਇੱਕ ਕੰਸਟਰਕਟਿਵ ਰੋਲ ਪਲੇ ਕਰਦੇ ਹੈਗੇ ਆ, ਕਿਉਂਕਿ ਕੈਨੇਡਾ ਜਿਹੜਾ ਹੈਗਾ ਉਹ ਇੱਕ ਬਹੁਤ ਵੱਡੀ ਕੰਟਰੀ ਹੈਗੀ ਆ, ਲੇਕਿਨ ਉੱਥੇ ਹਿਊਮਨ ਪਾਪੂਲੇਸ਼ਨ ਜਿਹੜੀ ਬਹੁਤ ਘੱਟ ਹੈ। ਬਿਲਕੁਲ, ਇਸੇ ਪੁਆਇੰਟ ਤੇ ਆਉਣ ਵਾਲੀ ਸੀ ਕਿ ਉੱਥੇ ਪਾਪੂਲੇਸ਼ਨ ਘੱਟ ਹੈ ਜੀ। ਦੇਖੋ ਕੈਨੇਡਾ ਮੈਡਮ ਦੋ ਤਰ੍ਹਾਂ ਦੇ ਨਾਲ ਬੈਨੀਫਿਟ ਲੈ ਰਿਹਾ ਜੀ। ਇੱਕ ਤਾਂ ਇਕਨੋਮਿਕਲੀ ਕੰਡੀਸ਼ਨ ਸਟਰੋਂਗ ਕਰ ਰਿਹਾ, ਕਿਉਂਕਿ ਸਾਡਾ ਪੈਸਾ ਕੈਨੇਡਾ ਜਾ ਰਿਹਾ, ਜਦੋਂ ਬਾਹਰ ਜਾਂਦੇ ਆ ਲੋਕੀ ਆਈਲੈਟਸ ਵਗੈਰਾ ਕਰਕੇ ਤੇ ਉਹ ਪੈਸਾ ਸਾਡਾ ਬਾਹਰ ਚਲੇ ਜਾਂਦਾ। ਨੰਬਰ ਦੋ, ਉਹਨੂੰ ਇਨਸਾਨ ਵੀ ਬੜੇ ਸਟਰੋਂਗ ਮਿਲ ਰਿਹਾ, ਕਿਉਂਕਿ ਪੰਜਾਬੀ ਮੈਂਟਲੀ ਬਹੁਤ ਸਟਰੋਂਗ ਹੈਗੇ ਆ ਔਰ ਬਹੁਤ ਹੀ ਲੇਬੋਰੀਅਸ ਹੈਗੇ, ਮਿਹਨਤੀ ਹੈਗੇ ਆ। ਉਹਦਾ ਫਾਇਦਾ ਜਿਹੜਾ ਹੈਗਾ ਕੈਨੇਡਾ, ਸਾਨੂੰ ਇੱਕ ਘਾਟਾ ਪੈ ਰਿਹਾ, ਸੋਰੀ ਮੈਂ ਕੱਟ ਰਹੀ ਹਾਂ। ਹਾਂਜੀ 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 ਮੈਡਮ, ਇੱਕ ਘਾਟਾ ਇਹ ਪੈ ਰਿਹਾ ਕਿ ਸਾਡੀ ਜਿਹੜੀ ਪੰਜਾਬੀ, ਮੈਂ ਹਰ ਇੰਟਰਵਿਊ ਚ ਕਹਿੰਦੀ ਕਿ ਲੇਬਰ ਕਲਾਸ ਬਣ ਰਹੀ ਹੈ। ਕਿਉਂ ਬਣ ਰਹੀ ਹੈ? ਕਿਉਂਕਿ ਇੱਥੇ ਲੇਬਰ ਨਹੀਂ ਮਿਲ ਰਹੀ, ਇੱਥੇ ਸੈਟਲਮੈਂਟ ਨਹੀਂ ਹੈ। ਕਿਉਂ ਸੈਟਲਮੈਂਟ ਨਹੀਂ ਹੈ? ਕਿ ਹਰ ਕੋਈ ਓਵਰ ਪਾਪੂਲੇਟਡ ਕਰ ਰਿਹਾ, ਕੋਈ ਬਾਹਰੋਂ ਆ ਰਿਹਾ, ਅਸੀਂ ਵੀ ਬਾਹਰ ਜਾ ਰਹੇ ਹਾਂ ਫੋਰਨ ਚ, ਕਦੀ ਉੱਥੇ ਵੀ ਇਹ ਕ੍ਰਾਈਸਿਸ ਪੈਦਾ ਹੋ ਸਕਦਾ ਕਿ ਇਹਨਾਂ ਲੋਕਾਂ ਨੇ ਸਾਡੇ ਦੇਸ਼ ਦੀ ਜਨਸੰਖਿਆ ਵਧਾਈ ਹੋਈ ਹੈ। ਹਾਂਜੀ ਮੈਡਮ, ਮੈਨੂੰ ਇਹ ਲੱਗ ਰਿਹਾ ਕਿ ਕੁਛ ਪ੍ਰੋਬਲਮਸ ਕੈਨੇਡਾ ਨੂੰ ਵੀ ਫੇਸ ਕਰਨੀਆਂ ਪੈ ਸਕਦੀਆਂ ਆਉਣ ਵਾਲੇ ਟਾਈਮ 'ਚ, ਕਿਉਂਕਿ ਪੰਜਾਬੀ ਜਦੋਂ ਉੱਧਰ ਜਾ ਰਹੇ ਹੈਗੇ ਆ ਉਹਦੇ ਨਾਲ ਕਈ ਵਾਰੀ ਦੇਖਣ 'ਚ ਆਇਆ ਲਾ ਐਂਡ ਆਰਡਰ ਦੀ ਪ੍ਰੋਬਲਮ ਕਿਤੇ ਨਾ ਕਿਤੇ ਆ ਰਹੀ ਆ। ਕੁਛ ਸਾਲ ਪਹਿਲਾਂ, ਮੇਰੇ ਖਿਆਲ ਲਗਭਗ 2-3 ਸਾਲ ਪਹਿਲਾਂ, ਬ੍ਰਾਮਟਨ ਸ਼ਹਿਰ ਹੈਗਾ ਉੱਥੇ ਦੇਖਣ ਦੇ ਵਿੱਚ ਆਇਆ ਸੀਗਾ, ਇੱਕ ਮੌਬ ਇਕੱਠੀ ਹੋਈ ਸੀ, ਉਹਦੇ 'ਚ ਜ਼ਿਆਦਾਤਰ ਪੰਜਾਬੀ ਸੀਗੇ, ਉੱਥੇ ਉਹਨਾਂ ਨੇ ਆਪਸ 'ਚ ਲੜਾਈ ਝਗੜਾ ਜਿਹੜਾ ਕਰ ਰਹੇ ਸੀਗੇ। ਔਰ ਇਸ ਤੋਂ ਇਲਾਵਾ ਮੈਡਮ, ਹਾਂਜੀ ਬਿਲਕੁਲ ਬਿਲਕੁਲ ਠੀਕ ਹੈ, ਹਾਂਜੀ, ਤੇ ਉੱਥੇ ਮੈਡਮ ਲਾ ਐਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਅਕਸਰ ਇਹ ਦੇਖਣ ਵਿੱਚ ਆ ਰਿਹਾ ਜਿਹੜੇ ਸਾਡੇ ਪੰਜਾਬੀ ਮੈਡਮ ਕੈਨੇਡਾ ਜਾ ਰਹੇ ਆ ਉਹ ਅਕਸਰ ਮੁੰਡੇ ਉਹ ਜਾ ਰਹੇ ਜਿਹੜੇ ਪਲੱਸ 2 ਕਰਕੇ ਆਈਲੈਟਸ ਵਗੈਰਾ ਕਰ ਰਹੇ ਔਰ ਈਵਨ ਉਹ ਗ੍ਰੈਜੂਏਟ ਵੀ ਨਹੀਂ ਆ,
ਮੈਨੂੰ ਹੁਣ ਲੱਗਦਾ ਕਿ ਜਿੰਨੇ ਲੋਕ ਮਤਲਬ ਜਿੰਨੇ ਕਿ ਸਾਧਨ ਵੱਧਦੇ ਜਾ ਰਹੇ ਆ, ਗਵਰਨਮੈਂਟ ਬੜੀ ਕੋਸ਼ਿਸ਼ਾਂ ਕਰ ਰਹੀ ਹੈ, ਉਨੇ ਹੀ ਲੋਕ ਪਿੱਛੇ ਹਟਦੇ ਜਾ ਰਹੇ ਨੇ, ਲੋਕ ਫਿਰ ਆਪਣੀ ਉਸ ਹੀ ਸੋਚ ਤੇ ਆ ਰਹੇ। ਕੀ ਕਹਿਣਾ ਚਾਹੋ ਮੈਡਮ, ਰਿਪੀਟ ਕਰਨਾ ਜਿਹੜਾ ਕੁਐਸਚਨ ਦੁਬਾਰਾ? ਨਸਬੰਦੀ ਦੀ ਗੱਲ ਕਰੀ ਜੀ, ਐਮਰਜੈਂਸੀ ਦੇ ਟਾਈਮ ਤੇ ਬੜੀ ਨਸਬੰਦੀ ਹੋਈ ਸੀਗੀ, ਪਰਿਵਾਰ ਨਿਯੋਜਨ ਵੀ ਹੈ, ਈਵਨ ਦੈਟ ਪਾਪੂਲੇਸ਼ਨ ਘੱਟ ਨਹੀਂ ਰਹੀ, ਕਾਰਨ ਕੀ ਹੈ? ਮੈਡਮ ਇਹਦਾ ਰੀਜ਼ਨ ਇਹ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਹੈਗਾ ਮੇਰੇ ਖਿਆਲ 'ਚ ਜਿਹੜਾ ਇਹ ਫੈਕਟਰ ਹੈਗਾ ਪਾਪੂਲੇਸ਼ਨ ਕੰਟਰੋਲ ਦਾ, ਇਹਨੂੰ ਅਸੀਂ ਬਾਈ ਫੋਰਸ ਨਹੀਂ ਕਰ ਸਕਦੇ। ਜਦੋਂ 1975 'ਚ ਐਮਰਜੈਂਸੀ ਜਦੋਂ ਇੰਪੋਜ਼ ਕੀਤੀ ਗਈ ਸੀ, ਉਦੋਂ ਗੌਰਮੈਂਟ ਨੇ ਇੱਕ ਸਲੋਗਨ ਦਿੱਤਾ ਸੀ, ਹਮ ਦੋ ਹਮਾਰੇ ਦੋ। ਉਹਦੇ ਨਾਲ ਇਹਨਾਂ ਨੇ ਕੋਸ਼ਿਸ਼ ਜ਼ਬਰਦਸਤੀ ਕੀਤੀ ਸੀ ਕਿ ਕਿਸੇ ਤਰ੍ਹਾਂ ਜਿਹੜੇ ਪਾਪੂਲੇਸ਼ਨ ਕੰਟਰੋਲ ਹੋ ਸਕੇ, ਲੇਕਿਨ ਉਹਦਾ ਇੰਪੈਕਟ ਮੈਡਮ ਇਹ ਹੋਇਆ, ਉਸ ਤੋਂ ਬਾਅਦ ਜਦੋਂ ਲਗਭਗ 2-2.5 ਸਾਲ ਬਾਅਦ ਇਲੈਕਸ਼ਨ ਹੋਏ ਤੇ ਜਿਹੜੀ ਇੰਦਰਾ ਗਾਂਧੀ ਗੌਰਮੈਂਟ ਸੀਗੀ ਉਹਨੂੰ ਲੋਕਾਂ ਨੇ ਹਟਾ ਦਿੱਤਾ। ਤੇ ਉਹਦਾ ਇਹ ਕਾਰਨ ਹੈਗਾ ਕਿ ਇਸ ਟਾਈਮ ਦੀ ਜਿਹੜੀ ਗੌਰਮੈਂਟ ਹੈਗੀ ਹੈ, ਕਾਗਜ਼ਾਂ 'ਚ ਅਸੀਂ ਇਹ ਚਾਹੁੰਦੇ ਹੈਗੇ ਕਿ ਪਾਪੂਲੇਸ਼ਨ ਕੰਟਰੋਲ ਹੋਵੇ, ਸਾਡੀ ਪਾਲਿਸੀਜ਼ ਬਣਨ, ਲੇਕਿਨ ਫਿਰ ਵੀ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਹੈਗੀ ਆ, ਉਹ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਅਸੀਂ ਪ੍ਰੈਕਟੀਕਲੀ ਜਾਂ ਬਾਈ ਫੋਰਸ ਇਸ ਤਰ੍ਹਾਂ ਦੀ ਪੋਲਿਸੀ ਕੋਈ ਅਡੋਪਟ ਕਰੀਏ ਜਿਹਦੇ ਨਾਲ ਉਹਨਾਂ ਨੂੰ ਪੋਲੀਟੀਕਲ ਲਾਸ ਹੋਵੇ। ਕਿਉਂਕਿ ਇੰਡੀਆ ਦੇ ਵਿੱਚ ਪੋਲੀਟੀਸ਼ੀਅਨ ਜਿਹੜੇ ਹੈਗੇ ਆ, ਉਹਨਾਂ ਦਾ ਮੇਨ ਮਕਸਦ ਹੁੰਦਾ ਟੂ ਗੈਟ ਪਾਵਰ, ਕਿਸੇ ਤਰ੍ਹਾਂ ਸੱਤਾ ਦੇ ਵਿੱਚ ਆਉਣਾ ਤੇ ਕਿਸੇ ਵੀ ਤਰ੍ਹਾਂ ਆਪਣੇ ਵੋਟ ਬੈਂਕ ਨੂੰ ਖਰਾਬ ਨਹੀਂ ਕਰਨਾ। ਇਹੀ ਕਾਰਨ ਹੈਗਾ ਕਿ ਪਾਪੂਲੇਸ਼ਨ ਜਿਹੜਾ ਹੈਗਾ ਪੋਲਿਸੀਜ਼ ਉੱਥੋਂ ਨੂੰ ਨਜ਼ਰ ਬਹੁਤ ਆਉਂਦੀ ਹੈ ਕਿ ਆਹ ਕਰ ਸਕਦੇ, ਆਹ ਕਰ ਸਕਦੇ, ਆਹ ਕਰ ਸਕਦੇ। ਲੇਕਿਨ ਮੈਡਮ ਅਸੀਂ ਚਾਈਨਾ ਦੀ ਤਰ੍ਹਾਂ ਜਿੱਦਾਂ ਉੱਥੇ ਵਨ ਚਾਈਲਡ ਪੋਲਿਸੀ ਉਹਨਾਂ ਨੇ ਸਖ਼ਤੀ ਨਾਲ ਲਾਗੂ ਕੀਤੀ ਸੀ ਪਿੱਛੇ ਜੇ, ਉਹ ਉਹਨਾਂ ਨੇ ਸਖ਼ਤੀ ਨਾਲ ਲਾਗੂ ਕੀਤੀ, ਸ਼ਾਇਦ ਇੰਡੀਆ 'ਚ ਲਾਗੂ ਨਹੀਂ ਹੋ ਸਕਦੀ। ਇਹੀ ਕਾਰਨ ਹੈਗਾ ਕਿ ਅਸੀਂ ਪਾਪੂਲੇਸ਼ਨ ਕੰਟਰੋਲ ਉਸ ਢੰਗ ਨਾਲ ਨਹੀਂ ਕਰ ਪਾ ਰਹੇ ਜਿਸ ਤਰ੍ਹਾਂ ਦੇ ਨਾਲ ਯੂਰਪ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਉਹਨਾਂ ਨੇ ਕੀਤੀ। ਇਸ ਕਰਕੇ ਪਾਪੂਲੇਸ਼ਨ ਜਿਹੜੀ ਹੈਗੀ ਆ ਇੰਡੀਆ 'ਚ ਵੱਧ ਰਹੀ ਆ, ਇਹਦੇ 'ਚ ਕੋਈ ਡਾਊਟ ਨਹੀਂ। ਅੱਛਾ ਸਰ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇੱਕ ਪਾਸੇ ਕੀ ਹੈ ਕਿ ਸਾਡੇ ਰਿਲੀਜੀਅਸ ਸੈਂਟੀਮੈਂਟਸ ਬਹੁਤ ਜ਼ਿਆਦਾ ਹੈ, ਕੋਈ ਇਹ ਕਹਿ ਸਕਦਾ ਵੀ ਪੜ੍ਹੇ ਲਿਖੇ ਹੋ ਕੇ ਪਾਗਲ ਹੋ ਗਿਆ ਜੋ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ। ਦੂਸਰੇ ਪਾਸੇ ਇੱਕ ਗੱਲ ਇਹ ਵੀ, ਤੁਸੀਂ ਚਾਈਨਾ ਦੀ ਉਦਾਹਰਣ ਦਿੱਤੀ ਕਿ ਇੱਕੋ ਬੱਚੇ ਨੂੰ ਅਡੋਪਸ਼ਨ ਦਾ ਜਾਂ ਇੱਕੋ ਬੱਚੇ ਦੇ ਬਰਥ ਦਾ ਜਿਹੜਾ ਉੱਥੇ ਕਾਨੂੰਨ ਬਣਿਆ ਹੋਇਆ, ਪਰ ਨਾਲ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇੰਡੀਆ ਹੈ ਉੱਥੇ ਯੂਥ ਦੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਹੈ, ਕਿਉਂਕਿ ਉੱਥੇ ਜਿਹੜੇ ਕਿ ਬਹੁਤ ਜ਼ਿਆਦਾ ਬੱਚੇ ਪੈਦਾ ਹੁੰਦੇ ਆ ਤੇ ਉਹ ਦੇਸ਼ ਜਿਹੜਾ ਉਹ ਬੁੱਢਾ ਹੋ ਰਿਹਾ, ਇੱਕ ਇਹ ਵੀ ਆਸਪੈਕਟ ਲਗਾਇਆ ਜਾਂਦਾ। ਤਾਂ ਦੂਸਰੇ ਪਾਸੇ ਨਾਲ ਹੀ ਮੈਂ ਇੱਕ ਹੋਰ ਕੁਐਸਚਨ ਇਹਦੇ ਨਾਲ ਕਰੂੰਗੀ ਕਿ ਅਸੀਂ ਪਾਪੂਲੇਸ਼ਨ ਪਾਲਿਸੀ ਬਣਾਉਣ ਦੀ ਗੱਲ ਕਰਦੇ ਹਾਂ, ਪਰ ਤੁਹਾਨੂੰ ਇਹ ਪਤਾ ਕਿ ਕਾਨੂੰਨ ਕਈ ਜਿਹੜੇ ਆ ਉਹ ਧਰੇ ਹੀ ਰਹਿ ਜਾਂਦੇ ਆ, ਬਸ ਉਹ ਲਿਖੇ ਹੀ ਰਹਿ ਜਾਂਦੇ ਆ, ਲੋਕ ਉਸਨੂੰ ਅਡੋਪਟ ਨਹੀਂ ਕਰਦੇ। ਸਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ? ਹਾਂਜੀ ਮੈਡਮ, ਜਦੋਂ ਅਸੀਂ ਇੱਕ ਚੀਜ਼ ਹੋਰ ਸਟੱਡੀ ਕਰੀਏ ਜਦੋਂ ਪਾਪੂਲੇਸ਼ਨ ਦਾ, ਕਿ ਜਦੋਂ ਅਸੀਂ ਕੇਰਲਾ ਦੀ ਗੱਲ ਕਰਦੇ ਹੈਗੇ ਹਾਂ ਉੱਥੇ ਬਰਥ ਰੇਟ ਜਿਹੜਾ ਘੱਟ ਹੈਗਾ, ਜਦੋਂ ਅਸੀਂ ਬਿਹਾਰ ਦੀ ਗੱਲ ਕਰਦੇ ਹੈਗੇ ਹਾਂ ਉੱਥੇ ਬਰਥ ਰੇਟ ਜ਼ਿਆਦਾ ਹੈਗਾ। ਇੱਥੋਂ ਇਹ ਗੱਲ ਕਲੀਅਰ ਆ ਕਿ ਅਵੇਅਰਨੈਸ, ਕਿਉਂਕਿ ਕੇਰਲਾ ਦੇ ਵਿੱਚ ਲਿਟਰੇਸੀ ਰੇਟ ਬਹੁਤ ਹਾਈ ਹੈਗਾ, ਬਿਲਕੁਲ ਜੇ ਲਿਟਰੇਸੀ ਮੈਡਮ ਉੱਥੇ ਹਾਈ ਹੈਗਾ, ਇਹਦਾ ਮਤਲਬ ਲੋਕਾਂ 'ਚ ਅਵੇਅਰਨੈਸ ਜ਼ਿਆਦਾ ਆ, ਅਵੇਅਰਨੈਸ ਜ਼ਿਆਦਾ ਹੋਣ ਕਰਕੇ ਉੱਥੇ ਬਰਥ ਰੇਟ ਘੱਟ ਆ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਯੂਪੀ ਦੇ ਔਰ ਬਿਹਾਰ ਦੇ ਏਰੀਆਜ਼ ਦੀ ਅਸੀਂ ਕਰ ਰਹੇ ਹਾਂ, ਉੱਥੇ ਮੈਡਮ ਲਿਟਰੇਸੀ ਰੇਟ ਹਜੇ ਵੀ ਘੱਟ ਹੈਗਾ। ਔਰ ਇਸ ਤੋਂ ਇਲਾਵਾ ਮੈਡਮ ਜਦੋਂ ਲਿਟਰੇਸੀ ਰੇਟ ਘੱਟ ਹੈਗਾ ਤੇ ਉਹਦੇ ਨਾਲ ਅਵੇਅਰਨੈਸ ਦੀ ਕਮੀ ਹੈਗੀ ਆ, ਅਵੇਅਰਨੈਸ ਦੀ ਕਮੀ ਹੋਣ ਕਰਕੇ ਜਿਹੜਾ ਹੈਗਾ ਉੱਥੇ ਪਾਪੂਲੇਸ਼ਨ ਅਸੀਂ ਉਸ ਢੰਗ ਦਾ ਕੰਟਰੋਲ ਨਹੀਂ ਕਰ ਪਾ ਰਹੇ ਜਿਸ ਢੰਗ ਨਾਲ ਕੰਟਰੋਲ ਹੋਣੀ ਚਾਹੀਦੀ। ਤੇ ਡੈਫੀਨੇਟਲੀ ਮੈਡਮ ਇਹ ਇੱਕ ਫੈਕਟਰ ਹੈ, ਅਵੇਅਰਨੈਸ ਬਹੁਤ ਇੰਪੋਰਟੈਂਟ ਫੈਕਟਰ ਹੈਗਾ। ਔਰ ਮੇਰੇ ਖਿਆਲ 'ਚ ਗੌਰਮੈਂਟ ਨੂੰ ਬਾਈ ਫੋਰਸ ਇਸ ਤਰ੍ਹਾਂ ਦਾ ਸਟੈਪ ਲੈਣ ਨਾਲੋਂ ਜਾਂ ਕੋਈ ਬਾਈ ਫੋਰਸ ਜਿਹੜੀ ਪਾਪੂਲੇਸ਼ਨ ਪੋਲਿਸੀ ਬਣਾਉਣ ਨਾਲੋਂ ਇਹਨਾਂ ਨੂੰ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ। ਅੱਜ ਤੋਂ ਮੈਡਮ ਮੈਨੂੰ ਯਾਦ ਆ 20-25 ਸਾਲ ਪਹਿਲਾਂ ਟੈਲੀਵਿਜ਼ਨ ਦੇ ਵਿੱਚ ਐਡਸ ਵਗੈਰਾ ਜਿਹੜੀ ਪਾਪੂਲੇਸ਼ਨ ਕੰਟਰੋਲ ਦੇ ਬਾਰੇ ਕੁਛ ਨਾ ਕੁਛ ਆਉਂਦੀਆਂ ਸੀਗੀਆਂ, ਸ਼ਾਇਦ ਗੌਰਮੈਂਟ ਉਸ ਢੰਗ ਦੇ ਨਾਲ ਉਹ ਪਬਲਿਸਾਈਜ਼ ਨਹੀਂ ਕਰ ਪਾ ਰਹੀ ਹੈਗੀ ਆ। ਔਰ ਉਹਦਾ ਇੱਕ ਮੇਨ ਕਾਰਨ ਮੈਡਮ ਇਹ ਵੀ ਹੈਗਾ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪੋਲੀਟੀਕਲ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਉਹਨਾਂ ਲਈ ਵੋਟ ਬੈਂਕ ਜ਼ਿਆਦਾ ਇੰਪੋਰਟੈਂਟ ਹੈਗਾ, ਬਜਾਏ ਇਸ ਤਰ੍ਹਾਂ ਦੀਆਂ ਸਖ਼ਤ ਨੀਤੀਆਂ ਅਪਣਾਉਣੀਆਂ ਜਿਹਦੇ ਨਾਲ ਉਹ ਸੱਤਾ ਤੋਂ ਬਾਹਰ ਹੋ ਗਿਆ। ਅੱਛਾ ਸਰ, ਜਿੱਦਾਂ ਜਨਸੰਖਿਆ ਵੱਧ ਰਹੀ ਹੈ, ਕੰਜ਼ੰਪਸ਼ਨ ਰੇਟ ਵੀ ਵੱਧ ਰਿਹਾ ਹਰ ਚੀਜ਼ ਦਾ, ਔਰ ਨੈਚੁਰਲ ਰਿਸੋਰਸਿਸ ਵਾਟਰ ਦਾ ਬੜਾ ਕ੍ਰਾਈਸਿਸ ਹੋ ਰਿਹਾ, ਉਹ ਮਤਲਬ ਕਾਫੀ ਵਿਦਵਾਨਾਂ ਨੇ ਪਹਿਲੇ ਲਿਖਿਆ ਸੀ ਕਿ ਆਉਣ ਵਾਲੇ ਯੁੱਗਾਂ 'ਚ ਪਾਣੀਆਂ ਲਈ ਲੜਾਈਆਂ ਹੋਇਆ ਕਰਨਗੀਆਂ। ਜਦੋਂ ਸਾਡੇ ਬਾਹਰੋਂ ਇਨਵੈਡਰਸ ਆਉਂਦੇ ਹੁੰਦੇ ਸੀ, ਹਮਲੇ ਕਰਦੇ ਸੀ, ਜਗ੍ਹਾ ਵਾਸਤੇ ਲੜਦੇ ਹੁੰਦੇ ਸੀ ਕਿ ਆਹ ਵੀ ਰਾਹ ਸਾਡਾ ਹੋ ਜਾਏ, ਪਰ ਉਹ ਪਾਣੀਆਂ ਲਈ ਨੈਚੁਰਲ ਰਿਸੋਰਸ ਕਿੰਨੇ ਕੁ ਘੱਟ ਹੋ ਰਹੇ ਨੇ, ਕਿੰਨਾ ਕੁ ਜਿਹੜਾ ਖਾਮਿਆਜ਼ਾ ਹੈ ਨੈਕਸਟ ਜਨਰੇਸ਼ਨ ਨੂੰ ਭੁਗਤਣਾ ਪੈ ਸਕਦਾ, ਕਿਉਂਕਿ ਲਗਾਤਾਰ ਬੰਦਿਆਂ ਦੀ ਜਿਹੜੀ ਸੰਖਿਆ ਵੱਧਦੀ ਜਾ ਰਹੀ ਹੈ, ਪਹਾੜ ਕੱਟੇ ਜਾ ਰਹੇ ਨੇ, ਕੀ ਕਹਿਣਾ ਚਾਹੁੰਦੇ?
हाँ जी मैडम, ये जी कोई शक नहीं, जिदा जिदा साड़ी पॉपुलेशन बढ़ रही है उदना नैचुरल रिसोर्सिस की कमी हो रही है। मैडम अज तो 30-40 साल पहला जो अभी देखिए तो उदो पीने वाले पानी की बोतल शायद इंडिया च तो देखने नहीं मिलती थी। मैडम अजकल जे पानी साडा खराब हो गया, जे असी साडी जनरेशन के टाइम च गंदा हो गया, यही कारण है कि जी मल्टीनेशनल कंपनीज है उन्होंने अपना जो बिजनेस व्यापार शुरू कर दिता। यह इस करके होया क्योंकि असी पानी को संभाल नहीं सके, नैचुरल रिसोर्सिज असी नहीं सही ढंग न कर सके। मैडम पंजाब के जिन्ना भी सतलुज नदी का जो पानी है रिवर जी है वो जी जी शहर के जाती हैगी उत्थे मैडम पानी बहुत ही ज्यादा पोल्यूटेड है और यदा असर मैडम यह हो रहा है नैचुरल रिसोर्स का जो जो अभी खराब किए हैं। ईवन मालवा बेल्ट है मैडम उत्थे कैंसर के जो है लोग जो है काफी 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 पेशेंट मैडम मिल रहे हैं। जो ये गल बहुत क्लीयर है कि जे मैडम हूँ तुम होर देखो पिछे जो आया थे कि जे बिजली के कट लग रहे हैं कारण की है मैडम कोयला जो है उत्थे झारखंड वगैरह तो आता बिहार तो आता है कि डेफिनेटली मैडम एक लिमिट हैगी जो अभी जरूरत तो ज्यादा जो नैचुरल रिसोर्सिज है मैडम अभी उन्होंने एक्सप्लॉइट करा उन्होंने यूज करा तो यह गल बहुत क्लीयर है कि जी आने वाली जी जनरेशन हैगी पॉपुलेशन हैगी उन्होंने ये चीजा नहीं मिलनी है बिल्कुल दोस्तों। तुहानू पता है कि जे साडे घर दे विच चार मेहमान आ जाण ते महीने दे एंड दे विच जिहड़ा मालक हुंदा है कहिंदा कि देखो इस वारी जिहड़ा घर दा जिहड़ा समान है यूज होण वाला वो बहुत वड्डी गिणती च लग गया थोड़ा जिहा संभल के चलो ते इही चीज जिहड़ी है तुसीं अपने देश च भी देखो भी थोड़ा जिहा संभल के चलो। अच्छा सर हर प्रॉब्लम दा एक सोल्यूशन हुंदा है, इहो जी गल नहीं कि कोई प्रॉब्लम है तुहानू कोई सोल्यूशन नहीं हैगा। समस्या इह हुंदी है कि सोल्यूशन बारे किन्नी की जनरेशन सोचती है, जिहड़ी साडी ओल्ड जनरेशन हो चुकी है असी उन्हूं तां बदल नहीं सकते क्योंकि जे मान लो कोई 75 ईयर्स ओल्ड है तो अपनी थिंकिंग नूं नहीं चेंज करेगा, स्टैटिक्स हो जाती है। पर जिहड़ी साडी अगली पीढ़ी है जां जिहड़ी पीढ़ी चल रही है जे असी उन्हूं अवेयर कर दईए जो स्कूलां और कॉलेजेस यूनिवर्सिटी दे विच बकायदा क्योंकि पढ़ाई वह होनी चाहिए है जिहड़ी साडी प्रैक्टिकल लाइफ दे विच काम आवे। उत्थे वड्डे पद्धर ते मतलब ए नहीं कि एक दिन बस प्रोग्राम कर लिया सेमिनार कर लिया बच्चे बैठ गए गलबात हुई तो चले गए, बार बार उन्होंने महीने च दो महीने च तीन महीने च याद करवाया जाए व्हेन यू गेट मैरिड तो हम दो हमारे दो इस चीज नु अडॉप्ट करना हैगा। जनसंख्या बहुत बढ़ रही, की कहना चाहोगे इस बारे? मैडम जो भी कोई भी गवर्नमेंट ने स्टेप लेना हैगा उहदे लई नेशन बिल्डर जिहड़े हैगे आ टीचर्स हैगे उन्हां दा रोल बहुत इंपॉर्टेंट हैगा। और मैडम जे हर कोई राष्ट्र निर्माता जिहड़ा हैगा जां जिहड़े सोशल वर्कर हैगे आ जां सोशल ऑर्गेनाइजेशन हैगियां उन्हां नूं कंटिन्यू एफर्ट्स करने पैणे, चाहे सैमीनार लगाओ चाहे कैंप लगाओ मैडम, पिंड पिंड जाओ ग्रास रूट लैवल ते जाओ, हर लैवल ते मैडम लोकां नूं एजुकेट करना पैणा कि जिहड़े साडे नैचुरल रिसोर्सिज हैगे आ पाणी हैगा होर भी किसे तरह के मिनरल हैगे आ जां कोयला हैगा जो भी हैगा इन्हां चीजां नूं बचा लो नहीं तो आने वाली पीढ़ियां जिहड़ियां साडे टाइम च मैडम गलतियां हो रही ये जिहड़ियां आने वाली पीढ़ियां उन्होंने भुगतना हैगा। तो इस दे लई मैडम गवर्नमेंट नूं तां एफर्ट्स करने ही चाहिए आ, लोगों के अवेयरनैस क्रिएट करनी पेगी और प्रैक्टिकली ग्रास रूट लैवल से कंटिन्यू एफर्ट्स चाहिए आ तां मैडम असीं अपने नैचुरल रिसोर्स बचा सकते हैं और अगली जनरेशन नूं दस सकते हैं कि असीं तुहाडे लई आ कीता हैगा ते कृपा करके तुसीं भी अगली जनरेशन दे लई इन्हां चीजां नूं संभाल के रखो। बिल्कुल कोई माण नहीं करेगा पूर्वजा ते अगर यही होया तो उन्होंने कहना इन्हें तो साडे लई ऑक्सीजन नहीं छड्डी, साडे लई पानी नहीं छड्डिया, धरती रहण दे काबिल नहीं छड्डी। अच्छा सर मेरे दादा दादी या नाना नानी दसदे हुंदे सी कि जदों अंग्रेजा दा टाइम सी शायद जे मैं गलत ना होवां कि पॉपुलेशन घट हुंदी सी तां मुरब्बा दित्ता जांदा सी जिन्हां दे ज्यादा न्याणे हुंदे सीगे इक समां सी ते इदां दी ही कोई पॉलिसी कि जे तुहाडे घट बच्चे नहीं है तुहाडे बच्चे नहीं है ते गवर्नमेंट उसनु एप्रीशिएट करने लिए की कर रही। एक्चुअली गवर्नमेंट की है कुछ लोग लेग पुलिंग ते लगे हुए हैं कि ए पार्टी जिहड़ी है स्टेबल ना होवे, कुछ लोग क्रिटिसिजम ते लगे हुए हैं और ये जिहड़ा कंस्ट्रक्टिव काम है जिहड़ा काम होना चाहिए उते कुछ नहीं कर रहे। लास्ट ते की कहना चाहूंगा? मैडम मैं तुहानू एक एग्जाम्पल देना छोटी जी, अविनाश राय खन्ना है एक एमपी है हुशियारपुर तो भी इलेक्शन लड़ते रहे बीजेपी के वाइस प्रेजिडेंट है, उन्होंने एक किताब मैडम पानी पे ही लिखी हैगी कि पानी नू हाउ टू सेव वाटर, कि पानी नू असीं बचाना किदां आ। उन्होंने बड़ा सिंपल साडे कॉलेज भी आए थे मैडम एक बार, वो कहिंदे मैं सिर्फ एक छोटी जी बेनती करदा कि हर बंदा जिहड़ा हैगा सिर्फ 2 लीटर पानी बचाओ, सिर्फ 2 लीटर। वो कहिंदे इहदे नाल 140 करोड़ आबादी आ, 280 करोड़ लीटर पानी एक दिन च बच सकदा।
मतलब बड़ी छोटी छोटी एग्जाम्पल दे के दसिया कि इंडिया एक बहुत बड़ा है जो असं छोटे छोटे एफर्ट्स करांगे उहदे नाल इंडिया जिहड़ा है बहुत बड़े लैवल से काम कर सकता। लेकिन इसके लिए जी मैडम तुम गल कही कि लैग पुलिंग नहीं करनी पेगी, सारे कलैक्टिव एफर्ट्स करने पैणगे, गवर्नमेंट अपना रोल प्ले करे, सोशल ऑर्गेनाइजेशन अपना रोल प्ले कर, नेशन बिल्डर जे टीचर्स है अपना रोल प्ले कर, जो सारे मैडम कलैक्टिव एफर्ट्स करांगे तो रिजल्ट उदे जरूर आएंगे। ये कदे भी नहीं हो सकता कि जे असी कोई काम करिए उदा रिजल्ट ना आए, लेकिन उदे लई सानू ईमानदार होना पेगा, डिटरमीनेशन नाल काम करना पेगा, तो विल पावर नाल काम करना पेगा, तो एक दूजे से जिहड़ा है ब्लेम करन नालों सारे इकट्ठे होकर काम करना पेगा। तो डेफिनेटली इहदे ते कंट्रोल मैडम नैचुरल रिसोर्स भी जिहड़े खत्म हो रहे हैं उन्होंने असं कंट्रोल कर सकते हैं ताकि आने वाले टाइम की जी पॉपुलेशन हैगी उन्होंने असं चंगे साधन दे के जा सकी। मैडम बिल्कुल जी, अपने अपने फर्ज पछाणने बहुत जरूरी होणगे, चाहे मैं हां चाहे तुसीं हां, कि साडे जिहड़े फर्ज है पहला परिवार प्रति साडा वातावरण जिहड़ा सुधारना, जे वाकई तुसीं भगती करदे हो, मंदिर जांदे हो, मस्जिद जांदे हो, गुरुद्वारे जांदे हो, मानवता की सेवा तो वड्डा धर्म कोई नहीं। अज संगरांद है, सावण का महीना शुरू होया, उहदियां बहुत बहुत मुबारक है सारे नूं। एक बार मैं फिर कहना चाहूंगी, अंधविश्वास को तुम इस तरह से गले मत लगाओ, बच्चों को ईश्वर का उपहार बनाकर जनसंख्या मत बढ़ाओ। बहुत बहुत शुक्रिया रजीव कुमार शर्मा जी, तुसी अपना कीमती समा दिया दिता, सत श्री अकाल जी। थैंक यू मैडम, थैंक यू वेरी मच मैडम, थैंक यू।